ਜੀ ਉਹ ਵਡੇਰੇ ਆnde ਹੁੰਦੇ ਸਨ ਕਿ ਬੰਦਾ ਮੁੱਛਾਂ ਨਾਲ ਹੀ ਸੋਹਣਾ ਲੱਗਦਾ ਤੇ ਬੀਬੀ ਗੋਤਨ ਨਾਲ ਹੀ ਸੋਹਣੀ ਲੱਗਦੀ ਹੈ ਇੱਕ ਦਫਾ ਕੋਈ ਬੰਦਾ ਸੀ ਕੋ ਜਹਲ ਜੇ ਕਿਸਮ ਦਾ ਤੇ ਉਹ ਜਾਂਦਾ ਸੀ ਬਿਆ ਤੇ ਉਹ ਵੇਖਦਾ ਕਿ ਰਾਜ ਇੱਕ ਊਂਠ ਨੇ ਨਾ ਉਹਦਾ ਗਲਾ ਸੁਜਿਆ ਤੇ ਉਹ ਸਮਝਦਾ ਕਿ ਸ਼ਾਇਦ ਇਹਨੂੰ ਕੋ ਗਿੱਲੜ ਬਣਿਆ ਇਹਦੇ ਗਲੇ 'ਚ ਕੋ ਗਿੱਲੜ ਹੈ ਤੇ ਉਹ ਮਾਲਕ ਨੂੰ ਤੇ ਪਤਾ ਸੀ ਕਿ ਇਹਨੇ ਖਰਬੂਜਾ ਖਾਧਾ ਹੈ ਉਹ ਪਜਾ ਪਜਾ ਉਹ ਮਾਲਕ ਆਇਆ ਉਂਟ ਦਾ ਤੇ ਉਹਨੇ ਇੱਕ ਏਕ ਟ ਫੜੀ ਤੇ ਉਂਟ ਦੇ ਗਲੇ ਦੇ ਵਿੱਚ ਮਾਰੀ ਤੋ ਖਰਬੂਜਾ ਅੰਦਰੋਂ ਟੁੱਟ ਗਿਆ ਤੇ ਖਰਬੂਜਾ ਅੰਗਰ ਅੰਦਰ ਲੰਗ ਗਿਆ ਤੇ ਉਂਟ ਠੀਕ ਹੋ ਗਿਆ ਤੇ ਉਹ ਜਿਹੜਾ ਜਾਹਲ ਸੀ ਨਾ ਉਹ ਸਮਝਦਾ ਲੋ ਵਈਏ ਤੇ ਗਿੱਲੜ ਦਾ ਮਨ ਨੂੰ ਇਲਾਜ ਲੱਗ ਗਿਆ ਲੋ ਜੀ ਮੈਂ ਤੇ ਜ਼ਬਰਦਸਤ ਮੇਰਾ ਤੇ ਕੰਮ ਸ਼ੁਰੂ ਹੋ ਗਿਆ ਖੈਰ ਟੁਰਦਾ ਜਾਂਦਾ ਤੇ ਅੱਗੂ ਦੂਸਰੇ ਕਿਸੇ ਪਿੰਡ ਜਾ ਕੇ ਨਾ ਤੇ ਐਲਾਨ ਕਰਾ ਛੱਡਦਾ ਕਿ ਜਿੰਨੇ ਜਨਾਬ 2 ਮਿੰਟਾਂ ਚ ਵੀ ਕੋ ਗਿੱਲੜ ਦਾ ਇਲਾਜ ਕਰਵਾਣਾ ਹੈ ਨਾ ਉਹ ਜਨਾਬ ਮਸੀਤੇ ਆਜੇ ਉਸਰੇ ਹੀ ਇੱਕ ਕੁਵਡੇਰੀ ਮਾਈ ਸੀ ਤੇ ਉਹਨੂੰ ਲੈ ਕੇ ਆ ਗਿਆ ਜੀ ਇਹ ਗਿੱਲੜ ਹੈ ਜੀ ਇਹਨੇ ਸਹੀ ਕਰੋ 2 ਮਿੰਟ ਉਹ ਐਂਜੀ ਹੱਟ ਫੜਦਾ ਤੇ ਮਾਈ ਦੇ ਗਲੇ 'ਚ ਮਾਰਦਾ ਤੇ ਮਾਈ ਮਰ ਜਾਂਦੀ ਜਦੋਂ ਮਾਈ ਮਰ ਜਾਂਦੀ ਉਹ ਸਾਰਾ ਪਿੰਡ ਤੇ ਦਿਵਾਲੇ ਹੋ ਜਾਂਦਾ ਕਿ ਤੂੰ ਕੀ ਕੀਤਾ ਉਹ ਕਹਿੰਦਾ ਜੀ ਆਪਣੀ ਆਈ ਨਾਲ ਹੀ ਮਰ ਗਈ ਐ ਮੈਂ ਤੇ ਇਲਾਜ ਕੀਤਾ ਸੀ ਉਹ ਸਜ਼ਾ ਦੇ ਤੌਰ ਤੇ ਉਹਨੂੰ ਆਂਦੇ ਨੇ ਕਿ ਤੂੰ ਨਾ ਇਹ ਮਾਈ ਦੀ ਕਬਰ ਕੱਟ ਉਹ ਜ਼ਮੀਨ ਵਾਵਾ ਡਾਡੀ ਸੀ ਵਾਵਾ ਕੋ ਛਟ ਖਪਦਾ ਰਿਹਾ ਕਬਰ ਉਹਦੀ ਉਹਨੇ ਕੱਢੀ ਮਾਰ ਕੇ ਤੇ ਫੇਰ ਟੁਰ ਪਏ ਅਗਲੇ ਪਿੰਡ ਰਾਹ ਚੋਂ ਸੋਤਿਆ ਜਾਏ ਬੇਵਕੂਬੰਦਾ ਸੀ ਨਾ ਸੋਤਿਆ ਜਾਏ ਕਿ ਯਾਰ ਮੇਰਾ ਲਾਜ ਦੇ ਠੀਕ ਸੀ ਮਾਈ ਨੇ ਆਪਣੇ ਆਈ ਨਹੀਂ ਮਰ ਗਈ ਹੈ ਚਲੋ ਕੋਈ ਗੱਲ ਨਹੀਂ ਖੈਰ ਸਲ ਹੈ ਇਸ ਲਈ ਉਹ ਅਗਲੇ ਕਿਸੇ ਹੋਰ ਪਿੰਡ ਚ ਜਾਂਦਾ ਤੇ ਜਾ ਕੇ ਨਾ ਉਹ ਤੇ ਫੇਰ ਲੋਕਾਂ ਨੂੰ ਆਂਦਾ ਜੀ ਗਿੱਲੜ ਦਾ ਬੜਾ ਜ਼ਬਰਦਸਤ ਮੇਰੇ ਕੋਲ ਆ ਜਾਵੇਂ ਦੋ ਮਿੰਟਾਂ ਸਹੀ ਕਰ ਦਿਆਂਗਾ ਤੇ ਬੰਦੇ ਲਿਆਓ ਤੁਸੀਂ ਉਹ ਜnabla ਇੰਜੀ ਕੋ ਗਿੱਲੜ ਵਾਲਾ ਕੋ ਮਰੀਜ਼ ਲੈ ਹੁੰਦੇ ਨੇ ਤੇ ਉਹ ਆਂਦਾ ਲਾਜ ਸ਼ੁਰੂ ਕਰੋ ਜੀ ਤੇ ਉਹ ਡਰ ਗਏ ਅੰਦਰੋਂ ਦੇ ਡਰੇ ਸੀ ਨਾ ਕਿ ਅੱਗੇ ਮਰ ਕੇ ਕਬਰ ਕੱਢ ਕੇ ਆਈਆਂ ਛਾਮ ਜ਼ਮੀਨ ਸੀ ਮਰ ਗਏ ਉਹ ਤੇ ਮਿੱਟੀ ਪੁੱਟ ਬੁੱਟ ਕੇ ਤੇ ਉਹਨਾਂ ਨੂੰ ਆਂਦਾ ਯਾਰ ਮੇਰੀ ਇੱਕ ਸ਼ਰਤ ਜੇ ਉਹ ਆਂਦੇ ਨੇ ਦੱਸ ਭਈ ਉਹਨੇ ਕਿਹਾ ਅਗਰ ਬੰਦਾ ਮਰ ਗਿਆ ਨਾ ਲਾਜ ਦੇ ਦੌਰਾਨ ਤੇ ਕਬਰ ਯਾਰ ਤੁਸੀਂ ਆਪ ਹੀ ਹੀ ਕੱਢਣੀ ਜੇ ਉਹਨਾਂ ਦਾ ਫੇਰ ਕੋ ਛਤਰਪੂਲਾ ਮਾਰੇ ਆ ਤੋ ਉਹਨੇ ਕਿਹਾ ਜਦ ਦਵਾ ਹੋ ਜਾ ਉਹ ਇਹ ਗੱਲ ਜਨਾਬ ਤੁਹਾਨੂੰ ਮੈਂ ਇਸ ਲਈ ਸੁਣਾਈਏ ਕਿ ਸਾਡੇ ਮਾਸ਼ਰੇ ਦੇ ਵਿੱਚ ਸਾਡੇ ird gird na ਬਹੁਤ سارے ਅਸੇ ਲੋਕ ਨੇ ਜਿਹੜੇ ਨਾ ਐਵੇਂ ਸੁਕੀਆਂ ਚਧਰਾਵਾ ਕਰਦੇ ਫਿਰਦੇ ਨੇ ਆਪਣੇ ਆਪ ਨੂੰ ਚੋਰੀ ਸਮਝਦੇ ਨੇ ਠੀਕ ਹੈ ਹਾਲਾਂਕਿ ਉਹਨਾਂ ਦੇ ਚਧਰਾ ਉਹਨਾਂ ਦੇ ਕੋੜੂ ਵੀ ਨਹੀਂ ਲੰਗੀ ਹੁੰਦੀ ਉਹਨਾਂ ਨੂੰ ਅਲਸ ਬੇਦਾਂ ਵੀ ਨਹੀਂ ਪਤਾ ਹੁੰਦਾ ਕਿ ਚਧਰਾ ਲਹੀਰਾ ਕੇ ਜੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਲੇਕਿਨ ਉਹ ਝੂਠੇ ਚੌਧਰੀ ਕੋ 4 ਪੈਸੇ ਆਏ ਹੁੰਦੇ ਨੇ ਨਾ ਤੇ ਨਮਾ ਨਾ ਸ਼ੌਕ ਹੁੰਦਾ ਚਧਰਾ ਦਾ ਤੇ ਝੂਠੇ ਚੌਧਰੀ ਕੋ ਗੱਡੀਆਂ ਹੀਣੀਆਂ ਕੋ ਦੋ ਚਾਰ ਲੈ ਲੈਂਦੇ ਨੇ ਤੇ ਜਨਾਬ ਉਹ ਆਉਂਦੇ ਨੇ ਅੱਜ ਤੋਂ ਬਾਅਦ ਚੋਰੀ ਹੋ ਗਏ ਆ ਠੀਕ ਹੈ ਤੇ ਇੱਕ ਗੱਲ ਮੈਂ ਤੁਹਾਨੂੰ ਮੈਂ ਦੱਸ ਦੇਣਾ ਵਾਂ ਇਹ ਜਿਹੜੇ ਝੂਠੇ ਚੋਰੀ ਹੁੰਦੇ ਨੇ ਨਾ ਇਹਨਾਂ ਤੋਂ ਬਚਿਆ ਕਰੋ ਉਹ ਤੁਸੀਂ ਕੋਈ ਵੀ ਮਾਮਲਾ ਉਹਨਾਂ ਕੋਲ ਲੈ ਕੇ ਜਾਓਗੇ ਨਾ ਤਾਂ ਉਹ ਐਨਜੀ ਤੁਹਾਡਾ ਮਾਮਲਾ ਖਰਾਬ ਕਰੇਗਾ ਉਹ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਉਹਦੇ ਅੰਦਰ ਕੁਆਰਟਿਓ ਹੀ ਨਹੀਂ ਹੁੰਦੀ ਕਿਸੇ ਮਾਮਲੇ ਨੂੰ ਸਧਾਰਨ ਦੀ ਤੇ ਇਹੋ ਜਿਹੇ ਝੂਠੇ ਤੇ ਬਗੈਰਤ ਤੇ ਥਰਡ ਕਿਸਮ ਕਿਸਮ ਦੇ ਜਿਹੜੇ ਚੋਰੀ ਨੇ ਨਾ ਉਹਨਾਂ ਤੋਂ ਬਚਿਆ ਕਰੋ ਇਹ ਤੁਹਾਡੇ ਮਸਲੇ ਖਰਾਬ ਕਰ ਸਕਦੇ ਨੇ ਸਵਾਰ ਨਹੀਂ ਸਕਦੇ ਜੇ ਸਵਾਰ ਨਾ ਜੇ ਸਵਾਰ ਨੇ ਆਪਣੇ ਮਸਲੇ ਚਾਹਦੇ ਹੋ ਤੇ ਕਿਸੇ ਨਸਲੀ ਚੋਰੀ ਕੋ ਜਾਓ ਉਹ ਆਪਣਾ ਪੱਲਾ ਖਰਚ ਕੇ ਤੁਹਾਡੇ ਮਸਲੇ ਸਹੀ ਕਰੇਗਾ ਜਿਉਂਦੇ ਵਾਸਤੇ ਰੋ